ਸਤਿ ਸ਼੍ਰੀ ਅਕਾਲ ਜੀ। ਇਹ ਸਾਡੇ ਪੇਸ਼ੈਂਟ ਨੇ ਜੀ ਸਵਿੰਦਰ ਕੌਰ, ਵਾਈਫ ਆਫ ਹਰਮਿੰਦਰ ਸਿੰਘ। ਇਹ ਜ਼ਿਲ੍ਹਾ ਗੁਰਦਾਸਪੁਰ ਤੋਂ ਬਿਲੋਂਗ ਕਰਦੇ ਨੇ ਜੀ। ਇਹਨਾਂ ਦੇ ਵਿਆਹ ਨੂੰ 34 ਸਾਲ ਹੋ ਗਏ ਸੀਗੇ, ਪਰ ਇਹਨਾਂ ਦੇ ਕੋਈ ਵੀ ਬੱਚਾ ਨਹੀਂ ਸੀ। ਇਹਨਾਂ ਨੇ ਕਾਫੀ ਜਗ੍ਹਾ ਤੋਂ, ਕਈ ਵੱਡੇ ਸ਼ਹਿਰਾਂ ਤੋਂ, ਡਾਕਟਰਾਂ ਤੋਂ ਦਵਾਈ ਖਾਧੀ ਬੱਚੇ ਦੀ, ਪਰ ਕਿਤੋਂ ਵੀ ਇਹਨਾਂ ਨੂੰ ਜਿਹੜਾ ਬੱਚੇ ਦਾ ਆਰਾਮ ਨਹੀਂ ਆਇਆ। ਉਸ ਤੋਂ ਬਾਅਦ ਜੀ ਇਹਨਾਂ ਦੇ ਕਿਸੇ ਜਾਣਕਾਰ ਨੇ ਇਹਨਾਂ ਨੂੰ ਡਾਕਟਰ ਸੁਮਿਤਾ ਸੂਫਤ ਹੌਸਪੀਟਲ ਬਾਰੇ ਦੱਸ ਪਾਈ, ਅਤੇ ਇਹ ਉਹਨਾਂ ਦੇ ਹੌਸਪੀਟਲ ਆਏ ਲੁਧਿਆਣਾ ਵਿਖੇ, ਜਿੱਥੇ ਕਿ ਇਹਨਾਂ ਦਾ ਇਲਾਜ ਸ਼ੁਰੂ ਹੋਇਆ। ਡਾਕਟਰ ਸੁਮਿਤਾ ਸੂਫਤ ਨੇ ਬਹੁਤ ਵਧੀਆ ਢੰਗ ਨਾਲ ਇਹਨਾਂ ਦਾ ਇਲਾਜ ਕੀਤਾ। ਉਸ ਤੋਂ ਬਾਅਦ ਜੀ ਇਹਨਾਂ ਦੇ ਬੇਬੀ ਜਿਹੜਾ ਠਹਿਰ ਗਿਆ ਸੀਗਾ, ਬੱਚਾ ਠਹਿਰ ਗਿਆ ਸੀ, ਅਤੇ 20 ਅਗਸਤ 2018 ਨੂੰ ਇਹਨਾਂ ਦੇ ਘਰ ਬੇਟੇ ਨੇ ਜਨਮ ਲਿਆ ਜੀ। ਇਹ ਆਪਣੇ ਵੱਲੋਂ, ਆਪਣੇ ਸਾਰੇ ਪਰਿਵਾਰ ਵੱਲੋਂ ਡਾਕਟਰ ਸੁਮਿਤਾ ਸੂਫਤ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਨੇ, ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਕਿ ਉਹ ਇੱਦਾਂ ਹੀ ਹਰ ਮਰੀਜ਼ ਦੀ, ਬੇ ਔਲਾਦ ਜੋੜੇ ਦੀ ਸੇਵਾ ਕਰਦੇ ਰਹਿਣ। ਧੰਨਵਾਦ।